ਨਮਸਕਾਰ ਜੀ, ਮੈਂ ਹਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਨੇ ਆਖਿਆ ਕਿ ਉਹ ਜਲਦ ਹੀ ਪੰਜਾਬ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਦੋਸ਼ੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਨਾਲ ਨਾਲ ਡੇਰਾਵਾਰ ਵਿਰੁੱਧ ਵਿੰਡੇ ਜਹਾਦ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਤੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਸ਼ਾਮਲ ਹੈ। ਹਰਨਾਮ ਸਿੰਘ ਵੱਲੋਂ ਪ੍ਰਸਤਾਵਿਤ ਮੋਰਚੇ ਦੀਆਂ ਪੰਜਾਬ ਦੀਆਂ ਮੰਗਾਂ, ਕਿਸਾਨਾਂ ਦੇ ਮਸਲੇ ਤੇ ਪੰਜਾਬ ਦੇ ਹੋਰ ਮਸਲੇ ਮੁੱਖ ਰੂਪ ਵਿੱਚ ਵਰਤੇ ਜਾਣਗੇ। ਇਸ ਮੋਰਚੇ ਨੂੰ ਅਕਾਲੀ ਦਲ ਦੀ ਸਮੁੱਚੀ ਟੀਮ, ਵਰਕਰ, ਯੂਥ, ਅਕਾਲੀ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਹਿਦਰ ਦੀ ਵੀ ਹਮਾਇਤ ਹੋਏਗੀ। ਸਮਝਿਆ ਜਾ ਰਿਹਾ ਕਿ ਇਹ ਮੋਰਚਾ ਪੰਜਾਬ ਦੀ ਰਾਜਨੀਤੀ ਵਿੱਚ ਲਗਭਗ ਹਾਸ਼ੀਏ ਤੇ ਜਾ ਚੁੱਕੇ ਅਕਾਲੀ ਦਲ ਬਾਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਦਮਦਮੀ ਟਕਸਾਲ ਮਹਿਤਾ ਦੀ ਪਹਿਲ ਕਦਮੀ ਹੈ। ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਕੀ ਵਾਪਰਿਆ, ਕੀ ਹੋਣ ਵਾਲਾ ਹੈ, ਸਿਆਸੀ ਪਿੜਾਂ, ਖੇਡਾਂ ਦੇ ਮੈਦਾਨਾਂ, ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਕਾਂਗਰਸ ਦੀ ਸੀਨੀਅਰ ਨੇਤਾ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਗੱਠਜੋੜ ਕਰਨ ਦੇ ਖਿਲਾਫ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਕਿ ਗੱਠਜੋੜ ਨੂੰ ਲੈ ਕੇ ਹਾਈਕਮਾਂਡ ਫੈਸਲਾ ਕਰੇ। ਤਦ ਉਨ੍ਹਾਂ ਦੇ ਰਵੱਈਏ ਨੂੰ ਸਕਾਰਾਤਮਕ ਮੰਨਿਆ ਜਾ ਰਿਹਾ ਸੀ, ਲੇਕਿਨ ਇਸੇ ਵਿਚਕਾਰ ਦਿੱਲੀ ਵਿਧਾਨ ਸਭਾ ਵਿੱਚ ਰਾਜੀਵ ਗਾਂਧੀ ਨੂੰ ਭਾਰਤ ਰਤਨ ਵਾਪਸ ਲੈਣ ਦੇ ਮਤੇ ਤੇ ਸਥਿਤੀਆਂ ਬਦਲ ਗਈਆਂ। ਖ਼ਬਰ ਹੈ ਕਿ ਘਟਨਾ ਤੋਂ ਦੁਖੀ ਦੀਕਸ਼ਿਤ ਐਸੇ ਕਿਸੇ ਮਤੇ ਦਾ ਸਮਰਥਨ ਨਹੀਂ ਕਰੇਗੀ। ਕਾਂਗਰਸ ਨੂੰ ਆਮ ਆਦਮੀ ਪਾਰਟੀ ਦੇ ਸਮਰਥਨ ਦੀਆਂ ਅਟਕਲਾਂ ਕਾਫੀ ਸਮੇਂ ਤੋਂ ਚੱਲ ਰਹੀਆਂ, ਲੇਕਿਨ ਕਿਸੇ ਵੀ ਪੱਖ ਵਿੱਚ ਇਹਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਅਰਵਿੰਦ ਕੇਜਰੀਵਾਲ ਜਦੋਂ ਕੇਂਦਰੀ ਚੰਦਰਬਾਬੂ ਨਾਇਡੂ ਨੂੰ ਆਪਣੇ ਸੱਦੇ ਤੇ ਵਿਰੋਧੀ ਧਿਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਤਦ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਦਿੱਲੀ ਵਿੱਚ ਐਸਾ ਕੋਈ ਗੱਠਜੋੜ ਹੋ ਸਕਦਾ ਹੈ। ਇਸ ਤੋਂ 4 ਦਿਨ ਪਹਿਲਾਂ ਸ਼ੀਲਾ ਦੀਕਸ਼ਿਤ ਨੇ ਆਖਿਆ ਕਿ ਇਸ ਬਾਰੇ ਵਿੱਚ ਕਾਂਗਰਸ ਹਾਈਕਮਾਨ ਫੈਸਲਾ ਕਰੇ। ਦਿੱਲੀ ਵਿਧਾਨ ਸਭਾ ਵਿੱਚ ਭਾਰਤ ਰਤਨ ਦੀ ਵਾਪਸੀ ਨੂੰ ਜੁੜੇ ਮਤੇ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਨਾਰਾਜ਼ ਨੇ, ਜਿਸ ਤੇ ਸ਼ੀਲਾ ਦੀਕਸ਼ਿਤ ਨੇ ਆਖਿਆ ਕਿ ਐਸੀ ਸਥਿਤੀ ਵਿੱਚ ਜੇਕਰ ਭਵਿੱਖ ਵਿੱਚ ਕਦੇ ਇਸ ਮੁੱਦੇ ਤੇ ਗੱਲ ਅੱਗੇ ਵਧਾਈ ਤਾਂ ਉਹ ਉਹਨਾਂ ਦਾ ਸਮਰਥਨ ਨਹੀਂ ਕਰੇਗੀ। ਸ਼ੀਲਾ ਦੀਕਸ਼ਿਤ ਦਿੱਲੀ ਦੀ 3 ਵਾਰ ਮੁੱਖ ਮੰਤਰੀ ਰਹਿ ਚੁੱਕੀ ਹੈ, ਇਸ ਲਈ ਸਮਝਿਆ ਜਾਂਦਾ ਕਿ ਕਾਂਗਰਸ ਵੱਲੋਂ ਉਸ ਬਾਰੇ ਵਿੱਚ ਕੋਈ ਵੀ ਫੈਸਲਾ ਉਹਨਾਂ ਦੇ ਪੁੱਛੇ ਬਗੈਰ ਨਹੀਂ ਲਿਆ ਜਾਏਗਾ। ਚੋਣ ਕਮਿਸ਼ਨ ਨੇ ਸਰਕਾਰ ਨਾਲ ਚੋਣ ਸੁਧਾਰ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਇੱਕ ਵਾਰ ਫਿਰ ਪਹਿਲ ਕਰਦਿਆਂ ਕਮਿਸ਼ਨ ਨੇ ਗਲਤ ਹਲਫਨਾਮਾ ਦਾਖਲ ਕਰਨ ਵਾਲੇ ਉਮੀਦਵਾਰਾਂ ਦੀ ਮੈਂਬਰਸ਼ਿਪ ਰੱਦ ਕਰਨ ਅਤੇ ਵਿਧਾਨ ਸਭਾ ਦੀਆਂ ਚੋਣਾਂ ਲਈ ਖਰਚੇ ਦੀ ਹੱਦ ਤੈਅ ਕਰਨ ਦੇ ਨਿਯਮਾਂ ਵਿੱਚ ਸੋਧ ਕਰਨ ਦੇ ਮਤੇ ਨੂੰ ਪਾਸ ਕੀਤਾ ਹੈ। ਗਲਤ ਹਲਫਨਾਮਾ ਦਾਖਲ ਕਰਨ ਤੇ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਹੋਏਗੀ। ਇਸ ਤੇ ਚੋਣ ਕਮਿਸ਼ਨ ਇਸ ਨੂੰ ਚੋਣ ਅਪਰਾਧ ਬਣਾਉਣਾ ਚਾਹੁੰਦਾ। ਚੋਣ ਅਪਰਾਧ ਵਿੱਚ ਦੋਸ਼ ਸਿੱਧ ਹੁੰਦਾ ਤਾਂ ਅਯੋਗਤਾ ਦਾ ਇੱਕ ਆਧਾਰ ਹੋਏਗਾ, ਲੇਕਿਨ 6 ਮਹੀਨੇ ਜੇਲ੍ਹ ਦੀ ਸਜ਼ਾ ਦੇ ਡਰ ਪੈਦਾ ਨਾਲ ਹੋਣ ਨਾਲ ਅਯੋਗਤਾ ਵੀ ਹੋਏਗੀ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਭਾਰਤ ਵਿੱਚ ਆਵਾਜਾਈ ਨਿਯਮਾਂ ਦੀ ਅਣਦੇਖੀ ਕਰਕੇ ਸੜਕਾਂ ਤੇ ਅੰਨੇਵਾਹ ਗੱਡੀਆਂ ਚਲਾਉਣ ਵਾਲੇ 41% ਵਾਹਨ ਚਾਲਕ ਐਸੇ ਹੈ ਜੋ ਦੁਰਘਟਨਾ ਹੋਣ ਤੇ ਪੀੜਤਾਂ ਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਂਦੇ। 37% ਚਾਲਕ ਐਸੇ ਹੈ ਜੋ ਗੱਡੀ ਚਲਾਉਂਦੇ ਵਕਤ ਨਾ ਦੂਜਿਆਂ ਦੀ ਫਿਕਰ ਕਰਦੇ ਆ ਨਾ ਖੁਦ ਦੀ। ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਕੋਈ ਵਾਹਨ ਚਾਲਕ ਨੂੰ ਪਤਾ ਨਹੀਂ ਕਿ ਫੁੱਟਪਾਥ ਤੇ ਪਾਰਕਿੰਗ ਨਹੀਂ ਕੀਤੀ ਜਾ ਸਕਦੀ। 51% ਸਰਵੇਖਣ ਵਿੱਚ ਆਇਆ ਕਿ ਉਹਨਾਂ ਨੂੰ ਸੀਟ ਬੈਲਟ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ। ਇਹ ਵੀ ਪਤਾ ਲੱਗਿਆ ਕਿ 22% ਚਾਲਕ ਵਾਹਨ ਚਲਾਉਣ ਦੇ ਦੌਰਾਨ ਮੋਬਾਈਲ ਫੋਨ ਦੀ ਇਸਤੇਮਾਲ ਕਰਦੇ ਨੇ। ਨਿਯਮਾਂ ਦੀ ਪਾਲਣਾ ਕਰਨ ਦੇ ਮਾਮਲੇ ਵਿੱਚ ਮੈਟਰੋ ਸ਼ਹਿਰ ਵਿੱਚ ਹੈਦਰਾਬਾਦ ਪਹਿਲੇ ਸਥਾਨ ਤੇ ਹੈ ਤੇ ਗੈਰ ਮੈਟਰੋ ਸ਼ਹਿਰ ਲੁਧਿਆਣਾ ਪਹਿਲੇ ਨੰਬਰ ਤੇ ਹੈ। ਸਭ ਤੋਂ ਘੱਟ ਨਿਯਮਾਂ ਦਾ ਪਾਲਣਾ ਦਿੱਲੀ ਵਿੱਚ ਕੀਤੀ ਜਾਂਦੀ ਹੈ। ਏਅਰਪੋਰਟ ਦੇਸ਼ ਦੇ 10 ਮੈਟਰੋ ਅਤੇ ਗੈਰ ਮੈਟਰੋ ਸ਼ਹਿਰਾਂ ਦੇ ਲਈ 16,163 ਵਿਅਕਤੀਆਂ ਦੇ ਆਧਾਰ ਤੇ ਸੀ। ਸ਼ਹਿਰ ਦੇ 5 ਜ਼ੋਨ ਅਤੇ ਵੱਖ ਵੱਖ ਜ਼ੋਨਾਂ ਵਿੱਚੋਂ ਕੁਝ ਵਿਅਕਤੀਆਂ ਨੂੰ ਸਵਾਲ ਪੁੱਛੇ। ਸਰਵੇਖਣ ਵਿੱਚ ਸ਼ਾਮਲ 48% ਨਿੱਜੀ ਵਾਹਨਾਂ ਦੇ ਚਾਲਕ ਤੇ 52% ਯਾਤਰੀ ਅਤੇ ਪੈਦਲ ਯਾਤਰੀ ਸਨ।